ਅਸੀਂ ਅੱਜ ਸਤਿਸ਼੍ਰੀ ਅਕਾਲ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜੀ। ਬਹੁਤ ਸਕੂਨ ਮਿਲਿਆ ਅੰਦਰ, ਹੈ ਹੀ ਸਕੂਨ ਹੀ ਸਕੂਨ ਹੈ, ਹੋਰ ਕੁਛ ਹੈ ਹੀ ਨਹੀਂ। ਜਿੱਥੇ ਬਾਣੀ ਹੈ, ਗੁਰੂਆਂ ਦਾ ਸਥਾਨ ਹੈ, ਗੁਰੂ ਰਾਮਦਾਸ ਜੀ ਦਾ ਦੁਆਰ ਹੈ, ਸਕੂਨ ਹੀ ਸਕੂਨ ਹੈ ਜੀ। ਡੇਰੇ ਵਜੋਂ ਤੁਹਾਨੂੰ ਮੁਖੀ ਨਿਵਾਜਿਆ ਗਿਆ ਵਾ, ਕੀ ਕਹਿਣਾ ਚਾਹੋਗੇ ਜੀ? ਨਹੀਂ, ਅਸੀਂ ਤਾਂ ਸੰਗਤ ਦੇ ਸੇਵਾਦਾਰ ਹਾਂ ਜੀ। ਜੀ ਤੁਹਾਡੀ 18 ਤਰੀਕ ਨੂੰ ਦਸਤਾਰਬੰਦੀ ਹੋਈ ਆ, ਉਹਦੇ ਉੱਪਰ ਕੀ ਕਹਿਣਾ? ਨਹੀਂ, ਦਸਤਾਰਬੰਦੀ ਤਾਂ ਪਿੱਛੇ ਟਰੱਸਟ ਦੇ ਸਾਰੇ ਮੈਂਬਰਸ, ਸਾਰੀ ਸੰਗਤਾਂ ਨੇ ਪਹਿਲਾਂ ਹੀ ਕਰਤੀ ਸੀ। ਉਹ ਗੁਰੂ ਮਹਾਰਾਜ ਆਏ ਸੀ ਬਿਆਸ ਵਾਲੇ, ਗੁਰਿੰਦਰ ਸਿੰਘ ਜੀ, ਅਤੇ ਉਹਨਾਂ ਨੇ ਦਸਤਾਰ ਭੇਂਟ ਕੀਤੀ ਸੀ, ਅਤੇ ਉਹ ਮਹਾਰਾਜ ਦਾ ਸ਼ੋਕ ਪ੍ਰਗਟ ਕਰਨ ਵਾਸਤੇ ਉੱਥੇ ਆਏ ਸੀਗੇ। ਪਹਿਲਾਂ ਉਹ ਆਊਟ ਆਫ ਇੰਡੀਆ ਸੀਗੇ, ਉਦੋਂ ਆ ਨਹੀਂ ਸਕੇ। ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਡੇਰਾਵਾਦ ਬਹੁਤ ਹੈ, ਲੋਕ ਆਪਣੇ ਨਾਲ ਜ਼ਿਆਦਾ ਜੋੜਦੇ ਨੇ ਗੁਰੂ ਮਹਾਰਾਜ ਨਾਲ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਦੁਬਾਰਾ ਕੀ ਕਰਿਓ? ਅੱਜ ਕੱਲ੍ਹ ਜਿਹੜਾ ਕਿ ਡੇਰਾਵਾਦ ਜਿਹੜਾ ਵੱਧਦਾ ਜਾ ਰਿਹਾ, ਲੋਕ ਆਪਣੇ ਆਪ ਨਾਲ ਜ਼ਿਆਦਾ ਜੋੜਦੇ ਨੇ, ਗੁਰੂ ਮਹਾਰਾਜ ਨਾਲ ਘੱਟ ਜੋੜਦੇ ਨੇ, ਗੁਰਬਾਣੀ ਦਾ ਪ੍ਰਚਾਰ ਘੱਟ ਕਰਦੇ ਨੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਕਿਸੇ ਦੇ ਬਾਰੇ ਤਾਂ ਆਪਾਂ ਨਹੀਂ ਕੁਛ ਕਹਿ ਸਕਦੇ, ਪਰ ਸਾਡੀ ਜਿਹੜੀ ਸੰਸਥਾ ਹੈਗੀ ਹੈ, ਸਾਡਾ ਜਿਹੜਾ ਡੇਰਾ ਹੈਗਾ, ਉਹ ਮਹਾਰਾਜ ਜੀ ਪੂਜੇ ਗੁਰਬਖਸ਼ ਸਿੰਘ ਜੀ ਮੈਨੇਜਰ ਸਾਹਿਬ ਹੋਏ ਹੈ, ਕੁਝ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਉਹਨੇ ਚੋਲਾ ਛੱਡਿਆ, ਉਹ ਤਾਂ ਗੁਰਬਾਣੀ ਨਾਲ ਜੋੜਦੇ ਰਹੇ ਆ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਅਰਥ ਉਹ ਕਰਦੇ ਰਹੇ। ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜਿਹਦੇ ਅਰਦਾਸ ਵਿੱਚ ਨਿੱਤ ਦਰਸ਼ਨ ਇਸ਼ਨਾਨ ਮੰਗਦੇ ਹਾਂ, ਅਤੇ ਅਕਸਰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਦੋਂ ਵੀ ਸਮਾਂ ਬਣਦਾ, ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ, ਇੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਈਦਾ। ਅੱਜ ਮੇਰੇ ਨਾਲ ਬਾਬਾ ਵਰਿੰਦਰ ਸਿੰਘ ਜੀ ਢਿੱਲੋਂ, ਜੋ ਸਥਾਨ ਜਗਮਾਲ ਵਾਲੀ ਤੋਂ, ਉਹ ਵੀ ਇੱਥੇ ਆਪਣੇ ਸਾਥੀਆਂ ਸਮੇਤ ਆਏ ਆ, ਜੋ ਪਹਿਲਾਂ ਵੀ ਕਈ ਵਾਰ ਨਤਮਸਤਕ ਹੋਏ ਆ, ਔਰ ਇਹਨਾਂ ਦੇ ਜਿਹੜੇ ਪਹਿਲੇ ਇਹਨਾਂ ਤੋਂ ਸੰਸਥਾ ਦੇ ਸੰਚਾਲਕ ਸਨ, ਬਾਬਾ ਵਕੀਲ ਸਾਹਿਬ ਜੀ ਜਿਨ੍ਹਾਂ ਨੂੰ ਸੰਤ ਬਹਾਦਰ ਚੰਦ ਜਿਨ੍ਹਾਂ ਦਾ ਨਾਮ ਸੀਗਾ, ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ, ਉਹ ਵੀ ਕਈ ਵਾਰ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਸੀਗੇ, ਔਰ ਇਹਨਾਂ ਨੇ ਅੱਜ ਇੱਥੇ ਨਤਮਸਤਕ ਹੋਣਾ ਕੀਤਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ 'ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ, ਸਰਬ ਸਾਂਝੀ ਵਾਲਤਾ ਦੀ। ਇਹ ਗੁਰੂ ਦਾ ਦਰ ਆ, ਜਿੱਥੋਂ ਖੱਤਰੀ ਬ੍ਰਾਹਮਣ ਸੂਦ ਵੈਸ ਵਿਦੇਸ਼ 'ਚੋਂ ਵਰਨਾ ਕੋ ਸਾਂਝਾ, ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਦਾ ਉਪਦੇਸ਼, ਜਿਹੜਾ ਇੱਥੋਂ ਸਤਿਗੁਰ ਦੇ ਦਰ ਤੋਂ ਜਾਂਦਾ, ਤਾਂ ਹੀ ਇੱਥੇ ਜਦੋਂ ਅਸੀਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਜਾਂਦੇ, ਕੋਈ ਮੁਸਲਮਾਨ ਮੱਥਾ ਟੇਕਣ ਜਾ ਰਿਹਾ, ਕੋਈ ਹਿੰਦੂ ਵੀਰ ਜਾ ਰਿਹਾ, ਕੋਈ ਸਿੱਖ ਜਾ ਰਿਹਾ, ਕੋਈ ਈਸਾਈ ਜਾ ਰਿਹਾ, ਕੋਈ ਬੋਧੀ, ਕੋਈ ਜੈਨੀ, ਸਾਰੀ ਆਪੋ ਆਪਣੀ ਆਸਥਾ ਲੈ ਕੇ ਗੁਰੂ ਦੇ ਦਰ 'ਤੇ ਨਤਮਸਤਕ ਹੁੰਦੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਦਾ ਇਹ ਸਰਬ ਸਾਂਝਾ ਦਾਰਾ, ਚਾਰੇ ਦਰਵਾਜ਼ੇ ਚਾਰੇ ਦਿਸ਼ਾਵਾਂ ਨੂੰ ਖੁੱਲ੍ਹੇ ਹੋਏ ਆ ਸਤਿਗੁਰ ਸੱਚੇ ਪਾਤਸ਼ਾਹ ਦੇ, ਔਰ ਅੱਜ ਅਸੀਂ ਇੱਥੇ ਨਤਮਸਤਕ ਹੋਣ ਵਾਸਤੇ, ਸਰਬੱਤ ਦੇ ਭਲੇ ਦੀ ਅਰਦਾਸ ਵਾਸਤੇ ਇੱਥੇ ਸਤਿਗੁਰ ਦੇ ਦਰ 'ਤੇ ਆਏ। ਜੇ ਗੱਲ ਕਰੀਏ ਕੰਗਨਾ ਰਣੌਤ ਦੀ, ਤਾਂ ਕੰਗਨਾ ਰਣੌਤ ਵੱਲੋਂ ਜਿਹੜੇ ਆ ਬਿਆਨ ਦਿੱਤੇ ਜਾ ਰਹੇ ਆ ਦੇਖੋ, ਕੰਗਣਾ ਨੂੰ ਸਿੱਖ ਇਤਿਹਾਸ ਬਾਰੇ, ਸਿੱਖ ਵਿਰਾਸਤ ਬਾਰੇ ਨਹੀਂ ਪਤਾ, ਜਿਸ ਕਾਰਨ ਕਰਕੇ ਅਸੀਂ ਬਿਆਨਬਾਜ਼ੀ ਕਰ ਰਹੀ ਹੈ। ਮੈਂ ਅਕਸਰ ਉਹਨੂੰ ਕਹਿ ਚੁੱਕਿਆ ਕਿ ਉਹਨੂੰ MP ਬਣਾਇਆ ਹਿਮਾਚਲ ਦੇ ਲੋਕਾਂ ਨੇ, ਉਹਨੂੰ ਜਾ ਕੇ ਉੱਥੇ ਦਾ ਵਿਕਾਸ ਕਰਨਾ ਚਾਹੀਦਾ, ਹਿਮਾਚਲ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਜਿਤਾਇਆ ਉਹਨਾਂ ਲਈ ਸਕੂਲ, ਕਾਲਜ, ਡਿਸਪੈਂਸਰੀਆਂ, ਹੋਸਪਿਟਲ, ਸਟੇਡੀਅਮ ਨੌਜਵਾਨਾਂ ਦੇ ਵਾਸਤੇ, ਔਰ ਰੋਜ਼ਗਾਰ, ਨੌਕਰੀਆਂ, ਇਹੋ ਜਿਹੇ ਕਾਰਜ ਕਰਨੇ ਚਾਹੀਦੇ ਆ। ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਸਿੱਖ ਇਤਿਹਾਸ ਬਾਰੇ ਉਹਨੂੰ ਬਿਲਕੁਲ ਜਾਣਕਾਰੀ ਨਹੀਂ ਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਅਸੀਂ ਦਰਸ਼ਨ ਕਰਕੇ ਆਏ ਹਾਂ, ਇੱਥੇ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਬਣੀ ਹੈ, ਜਿਹਦੇ 'ਚ ਬਕਾਇਦਾ ਲਿਖਿਆ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ
ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਅਕਾਲ ਤਖਤ ਸਾਹਿਬ ਤੋਂ ਖਿਤਾਬ ਦਿੱਤਾ ਗਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੀ ਵੀ ਯਾਦਗਾਰ ਇੱਥੇ ਬਣੀ ਹੈ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਿਸੇ ਅੱਤਵਾਦੀ ਵੱਖਵਾਦੀ ਦੀ ਯਾਦਗਾਰ ਨਹੀਂ ਬਣ ਸਕਦੀ। ਦਰਬਾਰ ਸਾਹਿਬ ਕੰਪਲੈਕਸ ਜਿੱਥੇ ਸਾਂਝੀਵਾਲਤਾ ਦਾ ਉਪਦੇਸ਼ ਹੈ, ਇੱਥੇ ਗੁਰੂ ਕੇ ਸਿੱਖਾਂ ਯੋਧਿਆਂ ਜਰਨੈਲਾਂ ਸੱਤਵਾਦੀਆਂ ਦੀ ਹੀ ਇੱਥੇ ਜਿਹੜੀ ਆ ਉਹ ਯਾਦਗਾਰ ਬਣ ਸਕਦੀ ਹੈ। ਔਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਗਿਆ। ਕਿਸੇ ਨੂੰ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।